ਸੋ ਵੈਲਕਮ ਬੈਕ ਗਾਇਜ਼, ਕੀ ਹਾਲ ਚਾਲ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਅਤੇ ਮੂਸੇ ਵਾਲਾ ਵੀਕਲੀ ਟਰੈਂਡ, ਜਿਹੜਾ ਰੀਅਲ ਟਾਈਮ ਟਰੈਂਡਿੰਗ ਹੁੰਦੀ ਆ ਬਿਲਬੋਰਡ ਦੀ, ਕਿ ਹਰ ਹਫ਼ਤੇ ਇੱਕ ਰੀਅਲ ਟਾਈਮ ਟਰੈਂਡ ਆਉਂਦਾ ਗਾਣੇ ਦਾ, ਟੋਪ 100 ਕੋਈ ਜਾਂ ਟੋਪ 100 ਕੈਨੇਡੀਅਨ ਜਾਂ ਕੁਛ, ਉਹਦੇ 'ਚ ਨਹੀਂ, ਇੱਕ ਹੌਟ ਟਰੈਂਡਿੰਗ ਹੁੰਦੀ ਹੈ ਕਿ ਜਿਹੜੇ ਗਾਣੇ ਪੂਰੀ ਦੁਨੀਆ 'ਚ ਪੂਰੇ ਤਰੀਕੇ ਨਾਲ ਟਰੈਂਡ ਕਰ ਰਹੇ ਨੇ, ਉਹਦੇ 'ਚ ਵਾਰ ਦੂਜੇ ਨੰਬਰ 'ਤੇ ਬੈਠਾ ਇਸ ਟਾਈਮ 'ਤੇ। ਆ ਤੁਹਾਨੂੰ ਮੈਂ ਲਾਤੀ ਹੈ, ਤੁਸੀਂ ਦੇਖ ਸਕਦੇ ਹੋ ਫੋਟੋ। ਮਤਲਬ ਸੀਰੀਅਸਲੀ ਆਥਣੇ EP ਛੱਡੀ ਸੀ ਅਤੇ ਤੜਕੇ ਸੀ ਬਿਲਬੋਰਡ ਕੁੜੇ। ਇਹ ਗੱਲ ਮਜ਼ਾਕ ਦੀ ਨਹੀਂ ਹੈਗੀ, ਇਹ ਗੱਲ ਗਲਤ ਝੂਠੀ ਨਹੀਂ ਹੈਗੀ, ਉਹ ਲੈਵਲ ਦੇ ਨਹੀਂ ਹਾਣਦੀ ਹੈ, ਹੈ ਨਾ। ਕਿੱਥੇ ਕਿੱਥੇ ਟਰੈਂਡਿੰਗ ਨਹੀਂ ਹੈਗਾ ਮੂਸੇਵਾਲਾ ਦੀ। ਆਪਾਂ ਜਸਟ ਪਹਿਲਾਂ ਵਾਰ ਗਾਣੇ ਦੀ ਗੱਲ ਕਰੀਏ, ਮੈਂ ਤੁਹਾਨੂੰ ਨਾ ਸਾਰੇ ਗਾਣੇ ਦੀ ਟਰੈਂਡਿੰਗ ਦੱਸੂੰਗਾ, ਠੀਕ ਹੈ, ਅਤੇ ਕਿਹੜੇ ਕਿਹੜੇ ਗਾਣੇ ਟਰੈਂਡ 'ਤੇ ਚੱਲ ਰਹੇ ਨੇ ਅੱਜ ਵੀ, ਅਤੇ ਕੁਝ ਐਸੇ ਗਾਣੇ ਨੇ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਆਏ ਹੋਏ ਨੇ, ਅੱਜ ਵੀ ਟਰੈਂਡ ਕਰ ਰਹੇ ਨੇ, ਠੀਕ ਹੈ। ਅਤੇ ਆ ਜਾਓ ਵਾਰ ਦੀ ਗੱਲ ਕਰੀਏ, ਵਾਰ ਯੂਟਿਊਬ 'ਤੇ ਕਿੱਥੇ ਕਿੱਥੇ ਟਰੈਂਡ ਕਰ ਰਿਹਾ ਆ ਤੁਸੀਂ ਦੇਖ ਸਕਦੇ ਹੋ। ਵਾਰ ਆਸਟ੍ਰੇਲੀਆ 'ਚ ਨੰਬਰ 1 'ਤੇ ਆ, ਬਹਿਰੀਨ 'ਚ ਨੰਬਰ 1 'ਤੇ ਆ, ਕੈਨੇਡਾ 'ਚ ਨੰਬਰ 1 'ਤੇ ਆ, ਨਿਊਜ਼ੀਲੈਂਡ 'ਚ ਨੰਬਰ 1 'ਤੇ ਆ, ਪਾਕਿਸਤਾਨ ਨੰਬਰ 1, ਦੁਬਈ ਵਾਲੀ UAE ਵਾਲੀ ਸਾਈਡ 'ਤੇ ਨੰਬਰ 1 'ਤੇ, ਇੰਡੀਆ 'ਚ ਨੰਬਰ 2 'ਤੇ ਆ ਗਿਆ, ਹੁਣ ਯੂਨਾਈਟਿਡ ਕਿੰਗਡਮ ਨੰਬਰ 1 ਆ, ਕਤਰ 6 ਆ, ਸਾਈਪ੍ਰਸ 'ਤੇ ਨੰਬਰ 9 ਨੰਬਰ 'ਤੇ, ਅਤੇ ਕੁਵੈਤ 'ਚ 12 ਨੰਬਰ 'ਤੇ ਆ, ਜਿੱਥੇ ਕਈ ਇਹੋ ਜਿਹੇ ਜਿੱਥੇ ਪੰਜਾਬੀ ਬੋਲੀ ਬਹੁਤ ਘੱਟ ਆ, ਨਾ ਮਾਤਰ, ਠੀਕ ਹੈ, ਉਸ ਕੰਟਰੀਆਂ 'ਚ ਇੰਨਾ ਇੰਨਾ ਟਰੈਂਡਿੰਗ ਹੈ, ਹੈ ਨਾ। ਦੇਖ ਲਓ, ਚਲੋ ਕੈਨੇਡਾ, ਆਸਟ੍ਰੇਲੀਆ ਦਾ, ਨਿਊਜ਼ੀਲੈਂਡ, ਫਿਰ ਵੀ ਪੰਜਾਬੀ ਹੈਗੇ ਨੇ ਪਾਕਿਸਤਾਨ ਵਾਲੀ ਸਾਈਡ, ਬਟ ਬਾਕੀ ਦੇਖ ਲਓ ਤੁਸੀਂ ਫਿਰ ਵੀ। ਉਸ ਤੋਂ ਬਾਅਦ ਵਾਰ ਆਈਟਿਊਨਸ 'ਤੇ ਇੰਡੀਆ 'ਚ 14 ਨੰਬਰ 'ਤੇ, ਆਇਰਲੈਂਡ 'ਚ 60 ਨੰਬਰ 'ਤੇ, ਯੂਨਾਈਟਿਡ ਕਿੰਗਡਮ UK ਲੰਡਨ ਵਾਲੀ ਸਾਈਡ 'ਤੇ 79 ਨੰਬਰ 'ਤੇ ਟਰੈਂਡ ਕਰ ਰਿਹਾ ਆਈਟਿਊਨਸ 'ਤੇ। ਉਸ ਤੋਂ ਬਾਅਦ ਸਪੋਟੀਫਾਈ 'ਤੇ 97 ਨੰਬਰ 'ਤੇ ਇੰਡੀਆ 'ਚ, ਅਤੇ 75th ਨੰਬਰ 'ਤੇ, 75 ਨੰਬਰ 'ਤੇ ਕੈਨੇਡਾ 'ਚ ਟਰੈਂਡ ਕਰ ਰਿਹਾ ਵਾਰ ਗਾਣਾ। ਸਿਰਫ 2 ਦਿਨ ਹੋਏ ਆ, 3rd ਦਿਨ ਚੱਲ ਰਿਹਾ ਆ, ਅਤੇ ਟੋਟਲ ਮਤਲਬ 2 ਦਿਨ 48 ਘੰਟੇ, ਅਤੇ 50 ਘੰਟੇ ਹੋਏ ਮੈਂ ਵੀਡੀਓ ਬਣਾ ਰਿਹਾ ਇਸ ਟਾਈਮ 12:30, ਠੀਕ ਹੈ, ਅੱਜ ਦੇ ਦਿਨ ਦੇ। ਅਤੇ ਐਪਲ ਮਿਊਜ਼ਿਕ 'ਤੇ 9 ਨੰਬਰ 'ਤੇ ਟਰੈਂਡ ਕਰ ਰਿਹਾ, 34th ਨੰਬਰ 'ਤੇ ਕੈਨੇਡਾ, ਅਤੇ 44th ਨੰਬਰ 'ਤੇ ਨਿਊਜ਼ੀਲੈਂਡ 'ਚ ਐਪਲ ਮਿਊਜ਼ਿਕ 'ਤੇ ਟਰੈਂਡ ਕਰ ਰਿਹਾ। ਆਈਟਿਊਨਸ 'ਤੇ ਐਪਲ ਮਿਊਜ਼ਿਕ ਡਿਫਰੈਂਟ ਨੇ, ਇਹ ਜੇ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਵਾਰ ਗਾਣਾ ਇੱਥੇ ਆਪਾਂ ਖਤਮ ਕਰਦੇ ਹਾਂ ਟਰੈਂਡਿੰਗ, ਅੱਗੇ ਚੱਲਦੇ ਜੀ ਟਰੈਂਡਿੰਗ 295 ਗਾਣੇ ਦੀ। ਆਈਟਿਊਨਸ 'ਤੇ 92 ਨੰਬਰ 'ਤੇ, ਸਪੋਟੀਫਾਈ 'ਤੇ 27 ਨੰਬਰ 'ਤੇ, ਠੀਕ ਆ। ਉਸ ਤੋਂ ਬਾਅਦ ਪਾਕਿਸਤਾਨ 'ਚ ਯੂਟਿਊਬ 'ਚ 5 ਨੰਬਰ 'ਤੇ ਟਰੈਂਡ ਕਰ ਰਿਹਾ ਅੱਜ ਵੀ, 295, ਠੀਕ ਆ, ਅਤੇ 15 ਨੰਬਰ 'ਤੇ ਇੰਡੀਆ 'ਚ ਟਰੈਂਡ ਕਰ ਰਿਹਾ, ਠੀਕ ਆ। ਅਤੇ ਆ ਤੁਸੀਂ ਦੇਖ ਵੀ ਸਕਦੇ ਹੋ, ਮੈਂ ਮਜ਼ਾਕ ਨਹੀਂ ਕਰਦਾ ਕਿਸੇ ਅੱਗੇ। ਆ 15 ਨੰਬਰ 'ਤੇ ਆਪਾਂ ਜੇ ਜਾਈਏ, ਸਿੱਧੂ ਮੂਸੇਵਾਲਾ 295, ਠੀਕ ਹੈ, ਸਾਹਮਣੇ ਨਾਲ ਮੈਂ ਫੋਨ ਤੋਂ ਚੈੱਕ ਕਰ ਰਿਹਾ ਲਾਈਵ, ਠੀਕ ਹੈ, ਇਹ ਵੀ ਮੈਂ ਤੁਹਾਡੇ ਉੱਥੇ ਲਾ ਦੂੰਗਾ। ਲਓ ਜੀ, ਸਕਰੀਨਸ਼ੋਟ ਲੈ ਲਿਆ, ਤੁਹਾਡੇ ਦੇਖ ਲਿਓ, ਠੀਕ ਆ। ਅਤੇ ਐਪਲ ਮਿਊਜ਼ਿਕ 'ਤੇ 39 ਨੰਬਰ ਇੰਡੀਆ, 23 ਨੰਬਰ ਪਾਕਿਸਤਾਨ ਟਿਕਟੋਕ 'ਤੇ, ਠੀਕ ਹੈ ਜੀ। ਲਾਸਟ ਰਾਈਡ ਗਾਣਾ, ਠੀਕ ਹੈ, ਸਿੱਧੂ ਮੂਸੇਵਾਲਾ, ਅਤੇ ਉਹ ਆਈਟਿਊਨਸ 'ਤੇ 65 ਨੰਬਰ 'ਤੇ ਇੰਡੀਆ 'ਚ ਟਰੈਂਡ ਕਰ ਰਿਹਾ, ਸਪੋਟੀਫਾਈ 'ਤੇ 52 ਨੰਬਰ ਇੰਡੀਆ ਟਰੈਂਡ ਕਰ ਰਿਹਾ, ਐਪਲ ਮਿਊਜ਼ਿਕ 'ਤੇ 40 'ਤੇ ਟਰੈਂਡ ਕਰ ਰਿਹਾ। ਲੈਵਲਸ 58 ਨੰਬਰ 'ਤੇ ਇੰਡੀਆ 'ਚ, ਸਪੋਟੀਫਾਈ 'ਤੇ ਟਰੈਂਡ ਕਰ ਰਿਹਾ, ਐਪਲ ਮਿਊਜ਼ਿਕ 27 ਨੰਬਰ 'ਤੇ ਟਰੈਂਡ ਕਰ ਰਿਹਾ ਇੰਡੀਆ 'ਚ, ਅਤੇ ਸ਼ਜ਼ੈਮ 'ਤੇ 95 ਨੰਬਰ 'ਤੇ ਟਰੈਂਡ ਕਰ ਰਿਹਾ। ਸ਼ਜ਼ੈਮ ਬੇਸਿਕਲੀ ਇੱਕ ਸੌਂਗ ਸਰਚਿੰਗ ਇੱਕ ਸਾਈਟ ਆ, ਜਿੱਥੇ ਲੋਕ ਸੌਂਗ ਸਰਚ ਕਰਦੇ ਆ, ਅਤੇ ਲੋਕ ਸਰਚ ਕਰ ਰਹੇ ਆ, ਦੇਖ ਲਓ ਉੱਥੇ ਵੀ ਟਰੈਂਡਿੰਗ 'ਚ ਕਰ ਰਿਹਾ। ਅਤੇ ਨੈਵਰ ਫੋਲਡ ਜਿਹੜਾ ਗਾਣਾ ਸੀਗਾ EP 'ਚੋਂ, ਉਹ ਸਪੋਟੀਫਾਈ 'ਤੇ 110 ਨੰਬਰ 'ਤੇ ਇੰਡੀਆ 'ਤੇ, ਅਤੇ ਐਪਲ ਮਿਊਜ਼ਿਕ 'ਚ 51 ਨੰਬਰ ਇੰਡੀਆ 'ਚ ਟਰੈਂਡ ਕਰ ਰਿਹਾ। ਸੋ ਹਾਏ, ਉਹਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਗਾਣਾ, ਅੱਜ ਤੋਂ 4-5 ਸਾਲ ਪਹਿਲਾਂ ਜਿਹੜਾ ਗਾਣਾ ਆਇਆ ਸੀ, ਉਹ ਅੱਜ ਵੀ ਯੂਟਿਊਬ ਇੰਡੀਆ ਦੇ ਵਿੱਚ 45 ਨੰਬਰ 'ਤੇ ਟਰੈਂਡ ਕਰ ਰਿਹਾ। ਤੁਸੀਂ ਦੇਖ ਸਕਦੇ ਹੋ ਵੀਕਲੀ ਡੇਲੀ 45 ਨੰਬਰ, ਸੋ ਹਾਏ, ਠੀਕ ਹੈ। ਆਪਾਂ ਸਕਰੀਨਸ਼ੋਟ ਲਾ ਦਿੰਦੇ ਤੁਹਾਨੂੰ ਨਾਲ ਹੀ। ਸਿੰਗਾਪੁਰ 'ਚ 82 ਨੰਬਰ 'ਤੇ ਟਿਕਟੋਕ 'ਤੇ ਅੱਜ ਵੀ ਟਰੈਂਡ ਕਰ ਰਿਹਾ, ਸੋ ਹਾਏ। ਉਸ ਤੋਂ ਬਾਅਦ ਟੋਚਨ ਗਾਣਾ ਆਉਂਦਾ ਜੀ 15 ਨੰਬਰ 'ਤੇ UAE 'ਤੇ, ਅਤੇ ਟਿਕਟੋਕ 'ਚ, ਸਿਰਫ ਟਿਕਟੋਕ 'ਤੇ ਟਰੈਂਡ ਕਰ ਰਿਹਾ ਟੋਚਨ, ਅਤੇ 22 ਨੰਬਰ ਓਮਾਨ ਦੇ ਵਿੱਚ। ਉਸ ਤੋਂ ਬਾਅਦ ਦੀਸ ਡੇਸ ਗਾਣਾ ਆਉਂਦਾ 87 ਨੰਬਰ 'ਤੇ, ਐਪਲ ਮਿਊਜ਼ਿਕ 'ਤੇ ਟਰੈਂਡ ਕਰ ਰਿਹਾ। ਅੱਗੇ ਪਿੱਛੇ ਤੁਰਦੀ ਓ ਫੇਮ ਅੱਜ ਕੱਲ੍ਹ, ਲੈਜੈਂਡ ਗਾਣਾ, ਲੈਜੈਂਡ ਗਾਣਾ, ਕਿੰਨਾ ਪੁਰਾਣਾ ਗਾਣਾ ਦੇਖ ਲਓ। ਟਿਕਟੋਕ 'ਤੇ 35 ਨੰਬਰ 'ਤੇ ਬਹਿਰੀਨ 'ਚ ਟਰੈਂਡ ਕਰ ਰਿਹਾ, ਠੀਕ ਹੈ। ਅਤੇ ਜੇ ਆਪਾਂ ਇਕੱਲੀ ਐਲਬਮ ਦੀ ਗੱਲ ਕਰੀਏ, ਐਲਬਮ ਨੋ ਨੀਮ EP ਐਪਲ ਮਿਊਜ਼ਿਕ 'ਤੇ 25th ਨੰਬਰ 'ਤੇ ਇੰਡੀਆ 'ਚ ਟਰੈਂਡ ਕਰ ਰਹੀ ਹੈ। ਉਸ ਤੋਂ ਬਾਅਦ 68 ਨੰਬਰ 'ਤੇ ਕੈਨੇਡਾ 'ਚ ਟਰੈਂਡ ਕਰ ਰਹੀ ਹੈ, ਅਤੇ 82 ਨੰਬਰ 'ਤੇ ਨਿਊਜ਼ੀਲੈਂਡ 'ਚ ਟਰੈਂਡ ਕਰ ਰਹੀ ਹੈ। ਮੂਸ ਟੇਪ, ਜਿਹਨੂੰ ਆਈ ਨੂੰ
ਸਾਲ ਹੋ ਸਾਲ ਤੋਂ ਵੱਧ ਹੋ ਗਿਆ ਆ। ਐਪਲ ਮਿਊਜ਼ਿਕ 27 ਨੰਬਰ 'ਤੇ ਟ੍ਰੈਂਡ ਕਰ ਰਿਹਾ ਜਿਵੇਂ ਇੰਡੀਆ 'ਚ, 75th ਨੰਬਰ 'ਤੇ ਕੈਨੇਡਾ 'ਚ ਟ੍ਰੈਂਡ ਕਰ ਰਹੀ ਹੈ, ਅਤੇ ਨਿਊਜ਼ੀਲੈਂਡ 'ਚ 86th ਨੰਬਰ 'ਤੇ ਟ੍ਰੈਂਡ ਕਰ ਰਹੀ ਹੈ। ਅਤੇ PBX1 ਕਿੰਨੇ ਹੋ ਗਏ ਮੇਰੇ ਖਿਆਲ 2019 ਚਾਹੀਦੀ ਸ਼ਾਇਦ ਐਲਬਮ, ਅਤੇ 38th ਨੰਬਰ 'ਤੇ ਟ੍ਰੈਂਡ ਕਰ ਰਹੇ ਆ ਅੱਜ ਵੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜੇ ਆਪਾਂ ਮਾੜੀ ਜਿਹੀ ਗੱਲ ਕਰ ਲਈਏ ਮੇਨ ਦੀ, ਤਾਂ ਮੇਨ ਤਾਂ ਉਹੀ ਹੈ ਬਸ, ਠੀਕ ਹੈ। ਵਾਰ ਗਾਣਾ ਸੀਰੀਅਸਲੀ ਬਿਲਬੋਰਡ ਚਲਾ ਗਿਆ 2 ਦਿਨਾਂ 'ਚ, ਟੋਟਲ 50 ਘੰਟੇ ਲੱਗੇ ਉਸ ਗਾਣੇ ਨੂੰ ਬਿਲਬੋਰਡ ਪਹੁੰਚਣ 'ਤੇ। ਈਵਨ ਕਿ ਡਰੇਕ ਦੇ ਗਾਣੇ 2 ਗਾਣੇ ਵੀ ਉਹ ਤੋਂ ਥੱਲੇ ਨੇ, ਅਤੇ ਅਸੀਂ ਡਰੇਕ ਨੂੰ ਬਹੁਤ ਉੱਚਾ ਸਮਝੀ ਬੈਠੇ ਸੀ ਮੂਸੇ ਵਾਲੇ ਨਾਲੋਂ, ਪਰ ਮੂਸੇ ਵਾਲਾ ਬਹੁਤ ਤਕੜੀ ਚੀਜ਼ ਸੀ, ਉਹਨੂੰ ਟਾਈਮ ਨਹੀਂ ਮਿਲਿਆ, ਨਹੀਂ ਤਾਂ ਉਹ ਬਿਲਬੋਰਡ ਕਿੰਗ ਸੀ। ਇਹ ਕਹਿੰਦੇ ਨਾ ਮਹਾਰਾਜਾ, ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀਗਾ ਮਹਾਰਾਜਾ, ਉਵੇਂ ਬਿਲਬੋਰਡ ਦਾ ਮਹਾਰਾਜਾ ਬਣਨਾ ਸੀ ਮੂਸੇ ਵਾਲੇ ਨੇ। ਅਤੇ ਚਲੋ ਜੋ ਰੱਬ ਨੂੰ ਮਨਜ਼ੂਰ, ਬਾਕੀ ਇੱਦਾਂ ਹੀ ਪਿਆਰ ਦੇਣਾ ਆਪਾਂ ਗੀਤਾਂ ਨੂੰ ਜਿਹੜੇ ਵੀ ਗੀਤ ਅੱਗੇ ਹੋਣਗੇ। ਬਾਕੀ ਦੈਟਸ ਆਲ, ਆਇਓ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ, ਅਤੇ ਇੱਦਾਂ ਹੀ ਪਿਆਰ ਬਣਾ ਕੇ ਰੱਖੋ, ਖਿੱਚ ਕੇ ਰੱਖੋ। ਸਤਿ ਸ਼੍ਰੀ ਅਕਾਲ।